ਤਰਨਤਾਰਨ ਨੇੜਲੇ ਪਿੰਡ ਬ੍ਰਹਮਪੁਰਾ ਵਿਖੇ ਬੀਤੀ ਰਾਤ ਪਏ ਤੇਜ਼ ਮੀਂਹ ਅਤੇ ਅਸਮਾਨੀ ਬਿਜਲੀ ਇੱਕ ਪਰਿਵਾਰ ਤੇ ਕਹਿਰ ਬਣ ਕੇ ਡਿੱਗੀ। ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਉਹਨਾਂ ਦਾ ਘਰੇਲੂ ਸਮਾਨ ਸੜ ਗਿਆ, ਪਰ ਗਨੀਮਤ ਇਹ ਰਹੀ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਬਚ ਗਏ। ਇਸ ਪਰਿਵਾਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ? ਦਿਲਬਾਗ ਸਿੰਘ, ਰਜੀਵ ਸਿੰਘ, ਨਿਸ਼ਾਨ ਸਿੰਘ। ਕਿੰਨੇ ਬੱਚੇ ਪਰਿਵਾਰ ਦੇ ਵਿੱਚ? ਦੋ ਲੜਕੇ ਆ, ਦੋ ਲੜਕੇ। ਕੀ ਕਰਦੇ ਹੋ? ਕੰਮ ਕਰ। ਮਿਹਨਤ ਮਜ਼ਦੂਰੀ ਕਰ। ਮਿਹਨਤ ਮਜ਼ਦੂਰੀ। ਬਹੁਤ ਨੁਕਸਾਨ ਹੋਇਆ। ਫਰਿੱਜਾਂ ਸੜ ਗਈਆਂ, ਟੀਵੀ ਸੜ ਗਿਆ, ਪੱਖੇ ਸੜ ਗਏ, ਘਰ ਦੇ ਵਿੱਚ ਬਿਸਤਰੇ ਪਏ ਸੀ, ਅਲਮਾਰੀਆਂ ਸੜ ਗਈਆਂ, ਜੋ ਵੀ ਘਰ ਦਾ ਸਾਰਾ ਸਮਾਨ ਸਾਰਾ ਸੜ ਗਿਆ। ਅਤੇ ਇਸ ਕਰਕੇ ਮਤਲਬ ਇਹਨਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਤੇ ਗਰੀਬ ਘਰ ਹੈ, ਇੱਕ ਬਹੁਤ ਜ਼ਿਆਦਾ ਗਰੀਬ ਆ। ਮਜ਼ਹਬੀ ਸਿੰਘਾਂ ਨਾਲ ਮਤਲਬ ਇਹਨਾਂ ਸੰਬੰਧ ਆ, ਮਤਲਬ ਸਿੱਖ, ਮਜ਼ਹਬੀ ਸਿੱਖ। ਅਤੇ ਇਹਨਾਂ ਦੀ ਬਹੁਤ ਹਾਲਤ ਮਾੜੀ, ਦਿਹਾੜੀ ਧੱਪਾ ਕਰਕੇ ਕੰਮ ਕਰਦੇ ਸੀ। ਅਤੇ ਇਹਨਾਂ ਦੀ ਮਤਲਬ ਨੁਕਸਾਨ ਜਿਹੜਾ ਹੈ, ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਵੀ ਇਹਦਾ ਮੁਆਵਜ਼ਾ ਦਿੱਤਾ ਜਾਵੇ।